अज मेरी इतने ड्यूटी फरीदकोट च लगी ने नाल साडे इतना लासा भी नाल ने जो पार्टी का उत्तों हुक्म है असी सारे जिलों के अपना जिहड़ा संगठन है उन्हें मजबूत करना है और साडे सेंटर गवर्नमेंट दी जिहड़ी पॉलिसियां है जो पंजाब लई उन्होंने बहुत ही मतलब जिहड़े चंगे कदम उठाए है उन्होंने असी पब्लिक तक जनता तक अपने वर्करां राही एक कड़ी दे रूप दे विच चल के असी मोदी साहब दीआं साडे प्राइम मिनिस्टर साहब दीआं जो सेंटर गवर्नमेंट दीआं पॉलिसियां नीतियां पंजाब दे भले लई है जिहड़ियां ਉਹ ਅਸੀਂ ਘਰ ਘਰ ਪਹੁੰਚਾਉਣ ਦਾ ਕੰਮ ਕਰ ਰਹੇ ਹਾਂ। ਜਿਮਨੀ ਚੋਣ ਉਹਦੇ ਕਿਸ ਤਰੀਕੇ ਤੇ ਆ ਰਹੀ ਹੈ? ਬਹੁਤ ਵਧੀਆ। ਮੈਂ ਮੇਰੇ ਕੋਲੇ ਭਦੌੜ ਏਰੀਆ ਦਿੱਤਾ ਗਿਆ, ਮਤਲਬ ਤੁਸੀਂ ਯਕੀਨ ਮੰਨੋ ਪਿੰਡਾਂ ਦੇ ਵਿੱਚ ਜਿਵੇਂ ਪਹਿਲਾਂ ਆਪਾਂ ਅਸੀਂ ਮੈਂ ਕਾਂਗਰਸ 'ਚ ਹੁਣੇ ਆ, ਮੈਂ ਬਹੁਤੀ ਗੱਲ ਕਹਿਣਾ ਨਹੀਂ ਚਾਹੁੰਦਾ, ਮਤਲਬ ਪਹਿਲਾਂ ਕਈ ਨਜ਼ਰੀਆਂ ਨਾਲ ਹੋਰ ਵੇਖਿਆ ਜਾਂਦਾ ਸੀ, ਪਰ ਐਤਕੀ ਪਤਾ ਨਹੀਂ ਵਾਹਿਗੁਰੂ ਵੱਲੋਂ ਪਏ ਵੇਖੋ ਜਿਹੜੀ ਮੌਜੂਦਾ ਸਰਕਾਰ ਦੇ ਮੁਤਾਬਕ ਇਹੋ ਜਿਹੇ ਹਾਲਾਤ ਬਣ ਚੁੱਕੇ ਆ। ਹੁਣ ਮੈਂ ਅੰਦਰ ਵੀ ਗੱਲ ਕਰਕੇ ਹਟਿਆ, ਪਿੰਡਾਂ ਦੇ ਜ਼ਿਮੀਂਦਾਰ ਪਰਿਵਾਰ ਸਰਪੰਚ ਜਿਹੜੇ ਨੇ ਉਹ ਸਾਨੂੰ ਫੋਨ ਕਰ ਰਹੇ ਆ ਵੀ ਕਾਂਗਰਸ ਸਾਹਿਬ ਸਾਡੇ ਘਰ ਆਓ, ਪਿੰਡ ਆਓ, ਅਸੀਂ ਸਮੇਤ ਪੰਚਾਇਤ ਸ਼ਾਮਲ BJP 'ਚ ਆਉਣਾ। ਇੱਕ ਮੈਸੇਜ ਆ ਗਿਆ ਲੋਕਾਂ ਦੇ ਮਨਾਂ ਦੇ ਉੱਤੇ, ਚਿਹਰਿਆਂ ਦੇ ਉੱਤੇ, ਮੂੰਹ 'ਤੇ ਇੱਕ ਗੱਲ ਆ ਗਈ ਵੀ ਜੇ ਪੰਜਾਬ ਹਰਿਆ ਭਰਿਆ ਖੁਸ਼ਹਾਲ ਵੇਖਣਾ ਜੋ ਇਸ ਵੇਲੇ ਲਾਉਣ ਦੀ ਪੋਜੀਸ਼ਨ ਬਹੁਤ ਅੱਗ ਨਾਲ ਬਹੁਤ 20-25 ਸਾਲ ਪਹਿਲਾਂ ਬਲਿਆ ਸੀ ਇਹ ਉਸੇ ਰਾਹ ਫਿਰ ਤੁਰ ਪਿਆ। ਇੱਕੋ ਇੱਕ ਪੰਜਾਬ ਨੂੰ ਬਚਾਉਣ ਦਾ ਰਹਿ ਗਿਆ ਜੋ ਸਾਡੀ ਫੁੱਲ ਕਮਲ BJP ਸਰਕਾਰ ਮੋਦੀ ਸਾਹਿਬ ਅਮਿਤ ਸ਼ਾਹ ਜਦੋਂ ਉਹਨਾਂ ਦੇ ਹੱਥ 'ਚ ਬਾਗਡੋਰ ਆ ਗਈ ਪੰਜਾਬ ਦੇ ਵਿੱਚ, ਦੂਰ ਦੁਰੇਡੇ ਦੇ ਕਰੋੜਾਂ ਪਤੀ ਅਰਬਾਂ ਪਤੀ ਇੱਥੇ ਇਨਵੈਸਟਮੈਂਟ ਹੋਊਗੀ, ਇਨਫਰਾਸਟ੍ਰਕਚਰ ਵੱਡਾ ਹੋਊਗਾ, ਅੱਜ ਉਹੀ ਇੰਡਸਟਰੀ ਉੱਜੜ ਰਹੀ ਹੈ, ਭੱਜ ਰਹੀ ਹੈ। ਔਰ ਕਈ ਦੋਸਤ ਮਿੱਤਰ ਮੈਂ ਇਹ ਮਤਲਬ ਤੁਹਾਨੂੰ ਦੱਸਣਾ ਚਾਹੁੰਦਾ ਹੈ ਵੀ ਅੱਜ ਤੋਂ ਕੋਈ ਹਫ਼ਤਾ ਪਹਿਲਾਂ ਮਤਲਬ ਮੈਂ BJP ਜੁਆਇਨ ਨਹੀਂ ਸੀ ਕੀਤੀ, ਮੈਨੂੰ ਮੇਰੇ ਬਹੁਤ ਕਲੋਜ਼ ਦੋਸਤ ਆ ਜਿਹੜੇ ਦਿੱਲੀ ਤੋਂ ਆ ਕੇ ਉਹਨਾਂ ਨੇ ਆਪਣੀ ਫੈਕਟਰੀ ਲੁਧਿਆਣੇ ਦੇ ਨੇੜੇ ਸ਼ੁਰੂ ਕੀਤੀ ਸੀ, ਸਾਰੀਆਂ NOC ਹੋ ਗਈਆਂ ਸੀ, ਬਿਲਡਿੰਗ ਸ਼ੁਰੂ ਕਰਨ ਲੱਗੇ ਸੀ, ਮੈਨੂੰ ਉਹਨਾਂ ਨੇ ਫੋਨ ਕਰ ਲਿਆ ਵੀ ਮੈਸੀਂ ਅੱਜ ਉਦੋਂ ਆਹ ਮੂਸੇਵਾਲ ਸਾਹਿਬ ਦੀ ਡੈਥ ਹੋ ਗਈ ਸੀ ਕਾਕੇ ਦੀ, ਉਹਨਾਂ ਨੇ ਇੰਨੇ ਡਰੇ ਹੋਏ ਸੀ, ਘੱਟੋ ਘੱਟ 150 ਕਰੋੜ ਦਾ ਪ੍ਰੋਜੈਕਟ ਸੀ, ਮੈਨੂੰ ਕਹਿੰਦੇ ਕਾਂਗਰਸ ਸਾਹਿਬ ਦੱਸੋ ਅਸੀਂ ਸ਼ੁਰੂ ਕਰ ਦਈਏ ਬਿਲਡਿੰਗ, ਮੈਂ ਕਿਹਾ ਹਾਲ ਵੇਟ ਐਂਡ ਵਾਚ। ਮਤਲਬ ਇੰਨੇ ਘਬਰਾਏ ਹੋਏ ਆ ਜਿਹੜੇ ਬਾਹਰਲੇ ਇੰਡਸਟਰੀਅਲ ਜਿਹੜੇ ਪੰਜਾਬ ਆਉਣਾ ਚਾਹੁੰਦੇ ਆ, ਇਹ ਉਦੋਂ ਆਉਣਗੇ ਜਦੋਂ ਇੱਕੋ ਇੱਕ ਗੱਲ ਆ, ਜੇ ਸੁਰੱਖਿਅਤ ਸਾਡਾ ਸੂਬਾ ਹੋਊ ਤਾਂ ਸੂਬਾ ਤਾਂ ਸੁਰੱਖਿਅਤ ਹੋਊਗਾ ਜੇ ਮੋਦੀ ਸਾਹਿਬ ਦੇ ਹੱਥਾਂ 'ਚ ਹੋਊ। ਦੋ ਮਰਡਰ ਹੋ ਰਹੇ ਨੇ 24 ਘੰਟੇ ਬੀਤੇ ਨੇ, ਇੱਕ ਦੂਜਾ ਦੂਜਾ ਮਰਡਰ ਵਿੱਚ ਹੋ ਗਿਆ, ਕੀ ਲੱਗਦਾ ਕਿ ਲੈਂਡ ਸ਼ੂਟਰ? ਵੇਖੋ, ਮੈਂ ਮੇਰਾ ਜਿਹੜਾ ਰਾਜਨੀਤਿਕ ਸਫ਼ਰ ਹੈ ਉਹ ਤੁਸੀਂ 93 ਤੋਂ ਮੈਂ ਪਿੰਡ ਦਾ ਸਰਪੰਚ ਬਣਿਆ ਸੀ, ਸਮਝ ਲਓ 30 ਸਾਲ ਦੇ ਆਸੇ ਪਾਸੇ ਮੈਨੂੰ ਇਸ ਰਾਜਨੀਤਿਕ ਜੀਵਨ ਦੇ ਵਿੱਚ ਹੋ ਗਿਆ। ਜਿਹੜਾ ਜਾਤੀ ਤੌਰ 'ਤੇ ਮੈਂ 5 ਇਲੈਕਸ਼ਨਾਂ ਵੀ ਲੜ ਲੈ ਚੁੱਕਿਆ ਹਾਂ, ਮੈਂਬਰ ਪਾਰਲੀਮੈਂਟ ਦੇ ਨਾਲ ਸਹਿਯੋਗ ਵੀ ਹਲਕਿਆਂ 'ਚ ਦਿੱਤਾ, ਪਰ ਮੈਂ ਬੜਾ ਕੁਛ ਵੇਖਿਆ, ਮਾੜੇ ਹਾਲਾਤ ਪੰਜਾਬ ਦੇ ਵਿੱਚ ਵੇਖੇ, ਜੋ ਅੱਜ ਹਾਲਾਤ ਨੇ, ਪਰਮਾਤਮਾ ਵਾਹਿਗੁਰੂ ਇਸ ਪੰਜਾਬ ਨੂੰ ਹਰੇ ਭਰੇ ਨੂੰ ਇਹਨੂੰ ਨਜ਼ਰ ਲੱਗ ਗਈ, ਨਜ਼ਰ ਵੀ ਅਸੀਂ ਆਪਣੇ ਆਪ ਲਵਾ ਲਈ, ਇੱਕ ਬਿਲਕੁਲ ਅਣਜਾਣ ਦੇ ਹੱਥ ਗੱਡੀ ਫੜਾ ਦਿੱਤੀ, ਅਤੇ ਉਹ ਜੇ ਇਹੋ ਜਿਹਾ ਅਣਜਾਣ ਹੈ ਇਹਦੇ ਵਿੱਚੋਂ ਇਹ ਹੋ ਸਕਦਾ ਵੀ ਜਿੰਨੀ ਉਹਦੇ 'ਚ ਸਵਾਰੀ ਬੈਠੀ ਹੈ ਉਹ ਸਾਰੀ ਇਹਨੇ ਖੱਡ 'ਚ ਸਿੜਤੀ ਹੈ। ਸੋ ਹੁਣ ਤਾਂ ਉਸ ਕਾਲ ਪੁਰਖ ਵਾਹਿਗੁਰੂ ਮੂਹਰੇ ਅਰਦਾਸ ਕਰਦੇ ਹਾਂ ਭਗਵਾਨ ਮੂਹਰੇ ਵੀ ਇਹ ਜਿਹੜੀ ਸਾਡੀ ਗੱਡੀ ਹੈ ਡਿੱਗੀ ਪਈ ਗੱਡੀ ਹੈ ਜਾਂ ਹੋਰ ਵੀ ਸਾਡੇ ਜਿਹੜੇ ਨੁਕਸਾਨ, ਕਿਉਂ ਇਹ ਜਿਹੜਾ ਅੱਜ ਸਰਕਾਰ ਬਣੀ ਹੈ ਆਪਾਂ ਨੂੰ ਪਤਾ 5 ਸਾਲ ਵਾਸਤੇ ਚੁਣੀ ਜਾਂਦੀ ਹੈ, ਕੋਈ ਇਹ ਨਹੀਂ ਕਿਸੇ ਦੀ ਸਾਡੀ ਮਨਸ਼ਾ ਵੀ ਇਹ ਅਸੀਂ ਨੂੰ ਖਰਾਬ ਕਰੀਏ ਜਾਂ ਕੋਈ ਹੋਰ ਹੋਵੇ, ਪਰ ਇਹ ਪੰਜਾਬ ਸਾਨੂੰ ਇੰਨਾ ਡਰ ਲੱਗਣ ਲੱਗ ਗਿਆ, ਭੈਣ ਭਰਾ ਭਾਈਚਾਰਾ ਖਤਮ ਹੁੰਦਾ ਜਾ ਰਿਹਾ, ਕਤਲੋ ਗਾਰਦ ਵੱਧ ਚੁੱਕਿਆ, ਤੁਸੀਂ ਇਹੋ ਜਿਹੇ ਜਿਹੜੇ ਮਤਲਬ ਜਿਹੜੇ 2.5 ਮਹੀਨਿਆਂ 'ਚ ਇਹੋ ਜਿਹਾ ਕ੍ਰਾਈਮ ਅਤੇ ਇਹੋ ਜਿਹੀਆਂ ਕੁਦਰਤੀ ਆਫਤਾਂ ਆਈਆਂ, ਕਹਿੰਦੇ ਹੁੰਦੇ ਆ ਵੀ ਜੇ ਪਿੰਡ ਦਾ ਮੋਹਰੀ ਮੱਥੇ ਚੰਗੇ ਭਾਗ ਵਾਲਾ ਹੋ ਜੇ ਪਿੰਡ ਦਾ ਬਹੁਤ ਤਰੱਕੀ ਹੋ ਜਾਂਦੀ ਹੈ, ਕਰਮ ਵਾਲਾ ਕੋਈ ਬੰਦਾ ਪਿੰਡ ਦਾ ਮੁਖੀ ਬਣ ਜੇ, ਹਲਕੇ ਦਾ ਮੁਖੀ ਬਣ ਜੇ ਚੰਗਾ ਨਛੱਤਰ ਵਾਲਾ ਬੰਦਾ ਉਹ ਹਲਕੇ ਦੀ, ਜਿਹੜਾ ਚੰਗਾ ਮੱਥੇ ਦਾ ਭਾਗ ਵਾਲਾ ਹੋਵੇ ਸੂਬੇ ਦਾ ਉਹ ਸਵਾਰ ਦਿੰਦਾ। ਇਹ ਮਾਂ ਦੇ ਪੁੱਤ ਜਿੱਦਣ ਦਾ ਬੈਠਾ, ਸਭ ਤੋਂ ਪਹਿਲਾਂ ਮੈਂ ਦੁੱਖ ਨਾਲ ਕਹਿਣਾ ਹੁੰਦਾ ਜਦੋਂ ਬਹਿ ਗਿਆ ਆ ਕੇ ਕੁਰਸੀ 'ਤੇ, ਪਹਿਲੀ ਫਸਲ ਆਈ ਸਾਡੀ ਅੱਜ ਤੱਕ ਮੇਰੇ ਖਿਆਲ 'ਚ 35 ਮਣ ਤੋਂ 30 ਮਣ ਤੋਂ ਕਣਕ 60-60 ਮਣ ਨਿਕਲ ਰਹੀ ਇਹਦੇ ਜਦੋਂ ਕੁਰਸੀ 'ਤੇ ਬਹਿ ਗਿਆ, 30 ਮਣ ਦੀ ਔਸਤ ਆਈ ਹੈ। ਪਹਿਲਾਂ ਤਾਂ ਸਾਡਾ ਪਹਿਲੇ ਦਿਨ ਹੀ ਪਤਾ ਨਹੀਂ ਕਿਹੋ ਜਿਹੇ, ਔਰ ਤੁਸੀਂ ਹੋਰ ਵੇਖੋ ਇਹੋ ਜਿਹੀਆਂ ਘਟਨਾਵਾਂ ਕਿਤੇ ਸੁਖੀ ਵੇਖੀਆਂ ਸੀ ਵੀ 2-2.5 ਮਹੀਨੇ ਜਦੋਂ ਕੁਰਸੀ ਸਾਂਭੀ ਐਡਾ ਮਤਲਬ ਪਤਾ ਨਹੀਂ ਕਰੋਪੀ ਹੋਈ ਸਾਡੀ ਕੁਦਰਤ ਦੀ, ਬੱਚਿਆਂ ਦੀਆਂ ਬੈਨਾਂ ਨੂੰ ਅੱਗਾਂ ਨਾਲ ਝੋਸਿਆ ਗਿਆ, ਵੇਖੋ ਕਿਤੇ ਅੱਜ ਤੱਕ ਕੋਈ ਐਸਾ ਮਾਹੌਲ ਨਹੀਂ। ਇਹ ਕਹਿੰਦੇ ਹੁੰਦੇ ਆ ਵੀ ਚੰਗੇ ਦਾ ਭਾਗਾਂ ਵਾਲੇ ਬੰਦੇ ਦਾ ਕੁਰਸੀ 'ਤੇ ਬੈਠਣਾ ਉਹਦੇ ਬਾ ਉਹ ਸੂਬਿਆਂ ਦੇ ਵਿੱਚ ਸ਼ਾਂਤੀ ਰਹਿੰਦੀ ਹੈ। ਆਖਰੀ ਸਵਾਲ ਹੈ, ਸ਼ਰਾਬ ਸਸਤੀ ਹੋਈ ਹੈ ਉਸ 'ਤੇ ਕੀ?
ਬਈ ਜਦੋਂ ਸ਼ਾਸਤਰੀ ਤੈਨੂੰ ਕਰਨੀ ਸੀ ਹੁਣ ਤੈਨੂੰ ਪਤਾ ਵੀ ਉਹਦਾ ਆਪਦਾ ਇਹ ਹੈਗਾ ਸਿਸਟਮ ਸਾਰਾ ਕੁਛ ਵਿਚਾਰਾ ਇਸੇ ਗੱਲ ਤੇ ਨਿਰਭਰ ਆ ਕਾਂਗਰਸ ਸਾਹਿਬ ਮੁਸਲਮਾਨਾਂ ਦੇ ਮਾਤਾ ਪਿਤਾ ਮੰਗ ਕਰ ਰਹੇ ਕਿ ਕੇਂਦਰ ਸਰਕਾਰ ਦੀ ਏਜੰਸੀ ਜਾਂਚ ਕਰੇ ਪਰ ਪੰਜਾਬ ਸਰਕਾਰ ਜਾਂਚ ਹੁਣ ਤੱਕ ਨਹੀਂ ਦੇ ਰਹੀ ਉਹਨਾਂ ਦੇਖੋ ਅਸੀਂ ਉੱਥੇ ਰਹੇ ਹਾਂ ਮੈਂ ਦੋ ਦਿਨ ਉਹਦੀ ਸ਼ਾਮ ਨੂੰ ਡੈਥ ਹੁੰਦੀ ਹੈ ਮੈਂ ਸੋਮਵਾਰ ਮੋਰਨਿੰਗ ਚਲਿਆ ਜਾਂਦਾ ਮੈਂ ਅਗਲੇ ਦਿਨ ਵੀ ਉਹਦੀ ਕ੍ਰਿਮੇਸ਼ਨ ਕਰਾ ਕਰਨਾ ਅਸੀਂ ਇਸੇ ਗੱਲ ਦੇ ਵਿੱਚ ਜ਼ੋਰ ਦਿੰਦੇ ਰਹੇ ਹਾਂ ਬੇਸ਼ੱਕ ਅਸੀਂ ਕਾਂਗਰਸ 'ਚ ਵੀ ਸੀ ਵੀ ਇਹਨੂੰ ਸਖ਼ਤ ਤੋਂ ਸਖ਼ਤ ਐਸੀ ਏਜੰਸੀ ਨੂੰ ਦੁਦਾਈ ਜਾਵੇ ਜਿਹੜਾ ਉਸ ਮਾਂ ਬਾਪ ਦਾ ਇਕੱਲਿਆਂ ਦਾ ਨਹੀਂ ਉਹ ਜਹਾਨ ਦਾ ਪੁੱਤ ਸੀ ਇਕੱਲੇ ਪੰਜਾਬ ਨੇ ਉਹਦਾ ਦੁੱਖ ਨਹੀਂ ਕੀਤਾ ਹਿੰਦੁਸਤਾਨ ਨੇ ਨਹੀਂ ਕੀਤਾ ਵਰਲਡ ਦੇ ਸਾਰੇ ਲੋਕਾਂ ਨੇ ਉਹਦਾ ਦੁੱਖ ਦਿੱਤੇ ਮਤਲਬ ਦੁੱਖ ਜ਼ਾਹਰ ਕੀਤਾ ਦਰਦ ਮੰਨਿਆ ਬਹੁਤ ਡੂੰਘਾ ਜ਼ਖਮ ਹੋਇਆ ਸਾਰੇ ਜਾਣੇ ਜਿੰਨੇ ਆਪਾਂ ਉਹਨੂੰ ਪਿਆਰ ਕਰਦੇ ਸੀ ਅੱਜ ਪਤਾ ਲੱਗਦਾ ਮੂਸੇ ਵਾਲਾ ਕੀ ਸੀ ਜਦੋਂ ਹੁੰਦਾ ਸੀ ਆਪਾਂ ਗਾਣੇ ਨਹੀਂ ਸੁਣਦੇ ਅੱਜ ਉਹਦੀਆਂ ਜਿਹੜੇ ਗਾਣੇ ਸੁਣ ਸੁਣ ਕੇ ਬੜੀ ਅਚੰਬੀ ਵਾਲੀ ਗੱਲ ਲੱਗਦੀ ਆ ਵੀ ਜਿਵੇਂ ਕੋਈ ਉਹ ਫਰਿਸ਼ਤਾ ਸੀ ਪਰਮਾਤਮੇ ਉਹ ਸਾਰੀਆਂ ਗੱਲਾਂ ਆਪਦੇ ਸਮੇਂ ਦੇ ਵਿੱਚ ਜਿਹੜੀ ਵਾਪਰਨੀ ਸੀ ਮੈਂ ਉਵੇਂ ਹੀ ਬਿਤਾ ਗਿਆ ਦੱਸ ਗਿਆ ਸੋ ਬਹੁਤ ਮੰਦਭਾਗੀ ਘਟਨਾ ਹੋਈ ਹੈ ਪੰਜਾਬ ਝੰਝੋੜ ਕੇ ਰੱਖ ਦਿੱਤਾ ਉਸ ਦਿਨ ਤੋਂ ਆਮ ਲੇਮੈਨ ਵੀ ਡਰਨ ਲੱਗ ਗਿਆ ਕੱਲ੍ਹ ਮੇਰੇ ਕੋਲ ਸੱਜਣ ਮਿੱਤਰ ਆਏ ਸੀ ਕਹਿੰਦੇ ਜੀ ਸ਼ਾਮ ਨੂੰ ਖੇਤ ਜਾਣ ਤੋਂ ਵੀ ਡਰਦੇ ਹਾਂ ਵੀ ਐਂ ਲੱਗਦਾ ਰਸਤੇ 'ਚ ਬਿਮਾਰਾਂ ਦੇਵੇ ਮੇਰੇ ਮਹਾਰਾਜ ਮੇਰੇ ਜਮ੍ਹਾਂ ਹੀ ਕਾਂਗੜ ਤੋਂ ਨੇੜੇ ਕੱਲ੍ਹ ਸਾਡਾ ਫੌਜੀ ਸੀ ਉੱਥੇ ਸੜਕ 'ਤੇ ਪਾਣੀ ਖੜ੍ਹਾ ਸੀ ਉਹ ਫੌਜੀ ਸਾਹਿਬ ਥੱਲੇ ਖੜ੍ਹੇ ਸੜਕ 'ਤੇ ਕਾਰ ਆਈ ਕਾਰ ਤੇਜ਼ ਸੀ ਉਹਦੇ ਸਾਰੇ ਕੱਪੜੇ ਭਰਤੇ ਉਹਨੇ ਇੰਨੇ ਹੀ ਕਿਹਾ ਵੀ ਮੂਰਖੋ ਹੌਲੀ ਕਰ ਲਿਓ ਠਾਹ ਠਾਹ ਗੋਲੀਆਂ ਮਸਾਂ ਬਚਿਆ ਪਤਾ ਨਹੀਂ ਕਿੱਥੋਂ ਐਂ ਲੱਗਿਆ ਜਿਵੇਂ ਕੋਈ ਲਾਹ ਕੇ ਗਿਆ ਹੁੰਦਾ ਇਹਨਾਂ ਨੂੰ ਪਰਮਾਤਮਾ ਸਮਤ ਦੇਵੇ ਇਹਨਾਂ ਬਾਬਾ ਯਾਮੀਨ ਬੰਗਾਲੀ ਗੋਲਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ ਦੇਸ਼ ਵਿਦੇਸ਼ ਬੈਠੇ ਸਾਨੂੰ ਵਟਸਐਪ ਤੇ ਵੀ ਕਾਲ ਕਰ ਸਕਦੇ ਨੇ ਘਰ ਬੈਠੇ 11 ਮਿੰਟਾਂ 'ਚ 101% ਗਾਰੰਟੀ ਨਾਲ ਸਮਾਧਾਨ ਵਸ਼ੀਕਰਨ ਅਤੇ ਮੁੱਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਬਰਕਤ ਔਲਾਦ ਕਹਿਣੇ ਤੋਂ ਬਾਹਰ ਹੋਣਾ ਕੋਰਟ ਕੇਸ ਤਲਾਕ ਪ੍ਰਾਪਰਟੀ ਡਿਸਪਿਊਟ ਗੁਪਤ ਰੋਗ ਪੁਰਾਣਾ ਦਰਦ ਪਤੀ ਪਤਨੀ ਚੰਦ ਬੰਦ ਜਾਦੂ ਟੋਣਾ ਮਨਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ ਬਾਬਾ ਯਾਮੀਨ ਬੰਗਾਲੀ 96435032321